ਪਹਿਲਾਂ ਵੀ ਟਰਾਈ ਕਰ ਚੁੱਕੀ ਹਾਂ ਅਤੇ ਪਰ ਤਿੰਨ ਵਾਰੀ ਮੇਰੀ ਰਿਫਿਊਜ਼ਲਸ ਨੇ, ਮੈਂ ਹੋਰ ਕਾਫੀ ਥਾਵਾਂ 'ਤੇ ਗਈ ਸੀਗੀ ਅਤੇ ਮੈਂ ਬਹੁਤ ਧੰਨਵਾਦੀ ਹਾਂ ਕਿ ਅੱਜ ਮੇਰਾ 3 ਰਿਫਿਊਜ਼ਲਾਂ ਤੋਂ ਬਾਅਦ ਵੀਜ਼ਾ ਆ ਗਿਆ। ਮੈਂ ਅੱਜ ਬਹੁਤ ਜ਼ਿਆਦਾ ਖੁਸ਼ ਹਾਂ, ਮੇਰੇ ਕੋਲ ਹੋਰ ਕੋਈ ਵਰਡ ਨਹੀਂ ਹੈਗੇ ਕਿਉਂਕਿ ਮਤਲਬ ਮੇਰੀ ਕੋਈ ਉਮੀਦ ਨਹੀਂ ਸੀਗੀ। ਸਤਿ ਸ਼੍ਰੀ ਅਕਾਲ, ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ, ਮੈਂ ਤੁਹਾਡਾ ਦੋਸਤ ਗਗਨ ਸਮਾਧ। ਦੋਸਤੋ, ਲੁਧਿਆਣਾ ਦੀ ਗੱਲ ਕਰ ਲਈਏ ਤਾਂ ਲੁਧਿਆਣਾ ਦੇ ਵਿੱਚ ਵਿਜ਼ਨ ਗਰੁੱਪ ਵੱਲੋਂ ਲਗਾਤਾਰ ਜਿਹੜੀ ਵੀਜ਼ਿਆਂ ਦੀ ਭਰਮਾਰ ਲਾਈ ਹੋਈ ਹੈ ਅਤੇ ਲਗਾਤਾਰ ਜਿਹੜੇ ਸਟੂਡੈਂਟਸ ਦੀ ਆ ਰਿਫਿਊਜ਼ਲ ਵੀ ਆ ਰਹੇ ਨੇ, ਉਹਨਾਂ ਦੇ ਜਿਹੜੇ ਵੀਜ਼ੇ ਆ ਲਗਾਤਾਰ ਵਿਜ਼ਨ ਗਰੁੱਪ ਦੇ ਵੱਲੋਂ ਲਗਵਾ ਕੇ ਦਿੱਤੇ ਜਾ ਰਹੇ ਆ। ਜਿਸੇ ਤਰ੍ਹਾਂ ਦੇ ਇੱਕ ਹੋਰ ਸਟੂਡੈਂਟ ਸਾਡੇ ਨਾਲ ਮੌਜੂਦ ਨੇ, ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ ਕਿ ਉਹਨਾਂ ਦਾ ਆਖਿਰ ਜਿਹੜਾ ਵੀਜ਼ਾ ਹੈ, ਕਿੰਨੀਆਂ ਰਿਫਿਊਜ਼ਲ ਤੋਂ ਬਾਅਦ ਉਹਨਾਂ ਨੂੰ ਜਿਹੜਾ ਕੈਨੇਡਾ ਦਾ ਵੀਜ਼ਾ ਉਹ ਮਿਲਿਆ। ਮੇਰੇ ਨਾਲ ਸਟੂਡੈਂਟ ਨੇ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਸਰ। ਸਰ, ਮੇਰਾ ਨਾਮ ਨਵਨੀਤ ਕੌਰ ਹੈ ਅਤੇ ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਅਤੇ ਅੱਜ ਮੇਰਾ ਵੀਜ਼ਾ ਆਇਆ ਹੋਇਆ, ਵਿਜ਼ਨ ਗਰੁੱਪ ਵਾਲਿਆਂ ਨੇ ਲਿਆ ਕੇ ਦਿੱਤਾ ਹੈ। ਮੈਂ ਪਹਿਲਾਂ ਵੀ ਟਰਾਈ ਕੀਤਾ, ਵਿਜ਼ਨ ਪਹਿਲਾਂ ਵੀ ਟਰਾਈ ਕਰ ਚੁੱਕੀ ਹਾਂ ਅਤੇ ਪਰ 3 ਵਾਰੀ ਮੇਰੀ ਰਿਫਿਊਜ਼ਲਸ ਨੇ, ਮੈਂ ਹੋਰ ਕਾਫੀ ਥਾਵਾਂ 'ਤੇ ਗਈ ਸੀਗੀ ਅਤੇ ਆਖਿਰ ਫਿਰ ਮੈਂ ਇਹਨਾਂ ਦਾ ਵੇਖਿਆ ਸੀਗਾ ਸੋਸ਼ਲ ਮੀਡੀਆ 'ਤੇ ਅਤੇ ਇਸ ਕਰਕੇ ਮੈਂ ਇਹਨਾਂ ਕੋਲ ਆਈ ਅਤੇ ਸਾਰੀ ਟੀਮ ਨੇ ਮੈਨੂੰ ਬਹੁਤ ਸਪੋਰਟ ਕੀਤਾ ਅਤੇ ਮੈਂ ਬਹੁਤ ਧੰਨਵਾਦੀ ਹਾਂ ਕਿ ਅੱਜ ਮੇਰਾ 3 ਰਿਫਿਊਜ਼ਲਾਂ ਤੋਂ ਬਾਅਦ ਵੀਜ਼ਾ ਆ ਗਿਆ ਹੈ। ਹੁਣ ਤੁਹਾਨੂੰ ਕਿੰਨੀ ਕੁ ਜ਼ਿਆਦਾ ਖੁਸ਼ੀ ਹੈ, ਤੁਹਾਡਾ ਵੀਜ਼ਾ ਤੁਹਾਡੇ ਹੱਥ ਦੇ ਵਿੱਚ, ਤੁਹਾਨੂੰ ਵੀਜ਼ਾ ਮਿਲ ਚੁੱਕਿਆ ਅਤੇ ਹੁਣ ਅੱਗੇ ਦਾ ਜਿਹੜਾ ਕੀ ਹੈਗਾ, ਫਿਊਚਰ ਪਲੈਨਿੰਗ ਕੀ ਹੈ? ਮੈਂ ਬਹੁਤ ਖੁਸ਼ ਹਾਂ ਅਤੇ ਅੱਗੇ ਮੈਂ ਹੁਣ ਬਾਹਰ ਜਾ ਕੇ ਹੋਰ ਵਧੀਆ ਕਰਾਂਗੀ। ਮੈਂ ਬਸ ਇਹੀ, ਮੈਂ ਅੱਜ ਬਹੁਤ ਜ਼ਿਆਦਾ ਖੁਸ਼ ਹਾਂ, ਮੇਰੇ ਕੋਲ ਹੋਰ ਕੋਈ ਵਰਡ ਨਹੀਂ ਹੈਗੇ ਕਿਉਂਕਿ ਮਤਲਬ ਮੇਰੀ ਕੋਈ ਉਮੀਦ ਨਹੀਂ ਸੀਗੀ ਅਤੇ ਮੇਰਾ PT ਸੀਗੀ ਅਤੇ PT ਦਾ ਮੇਰਾ ਵੀ ਖਤਮ ਹੋ ਜਾਣਾ ਸੀਗਾ, ਫੈਬ ਦੇ ਵਿੱਚ ਇਹ ਓਵਰ ਹੋ ਜਾਣੀ ਸੀ ਅਤੇ ਮੇਰਾ ਲਾਸਟ ਚਾਂਸ ਸੀਗਾ ਅਤੇ ਇਸ ਕਰਕੇ ਮੈਨੂੰ ਅੱਜ ਵੀ ਇਹਨਾਂ ਨੇ ਜਦੋਂ ਬੁਲਾਇਆ ਸੀ ਮੈਨੂੰ ਇੰਨਾ ਹੈ ਨਹੀਂ ਸੀ ਕਿ ਕੁਝ ਹੋਊਗਾ, ਪਰ ਜਦੋਂ ਇਹਨਾਂ ਨੇ ਮੈਨੂੰ ਮੇਰੀ PPR ਦਿੱਤੀ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਮੈਂ ਸਾਰੀਆਂ ਉਮੀਦਾਂ ਛੱਡ ਕੇ ਅਤੇ ਫਿਰ ਇਹਨਾਂ ਕੋਲੋਂ ਪੁੱਛਿਆ ਸੀਗਾ। ਤੋ ਮੈਂ ਵਿਜ਼ਨ ਗਰੁੱਪ ਦੀ ਬਹੁਤ ਥੈਂਕਫੁਲ ਹਾਂ ਅਤੇ ਪੂਰੀ ਟੀਮ ਦੀ ਕਿ ਇਹਨਾਂ ਨੇ ਮੈਨੂੰ ਮੇਰਾ ਸੁਪਨਾ ਸਾਕਾਰ ਕਰਕੇ ਦਿੱਤਾ ਅਤੇ ਮੈਂ ਤੁਹਾਨੂੰ ਵੀ ਕਹਿਣਾ ਚਾਹਾਂਗੀ ਕਿ ਜਿਨ੍ਹਾਂ ਨੇ ਵੀ ਰਿਫਿਊਜ਼ਲ ਨੇ ਉਹ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਨ ਅਤੇ ਆਪਣੀ ਫਾਈਲ ਦੀ ਇਨਕੁਆਇਰੀ ਲੈ ਸਕਦੇ ਨੇ। ਸੋ ਥੈਂਕ ਯੂ। ਜੇਕਰ ਤੁਹਾਡੀਆਂ ਵੀ ਜਿਹੜੀਆਂ ਵਾਰ ਵਾਰ ਰਿਫਿਊਜ਼ਲ ਆ ਰਹੀਆਂ, ਤੁਸੀਂ ਵੀ ਜਿਹੜਾ ਅਬਰੋਡ ਜਾ ਕੇ ਆਪਣੀ ਸਟੱਡੀ ਕਰਨਾ ਚਾਹੁੰਦੇ ਹੋ ਅਤੇ ਆਪਣੇ ਜਿਹੜੇ ਸੁਪਨੇ ਆ ਉਹ ਸਾਕਾਰ ਕਰਨਾ ਚਾਹੁੰਦੇ ਹੋ, ਪਰ ਤੁਹਾਨੂੰ ਕਿਸੇ ਪਾਸੇ ਤੋਂ ਵੀ ਜਿਹੜੀ ਸਫਲਤਾ ਤੁਹਾਡੇ ਹੱਥੋਂ ਨਹੀਂ ਲੱਗ ਰਹੀ, ਤਾਂ ਯਾਦ ਰੱਖੋ ਵਿਜ਼ਨ ਗਰੁੱਪ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਅੱਜ ਹੀ ਫੋਨ ਚੱਕੋ, ਸਕਰੀਨ 'ਤੇ ਚੱਲ ਰਹੇ ਨੰਬਰਾਂ ਦੇ ਉੱਪਰ ਕਾਲ ਕਰੋ ਅਤੇ ਅੱਜ ਜਿਹੜੀ ਤੁਸੀਂ ਇਨਕੁਆਇਰੀ ਆ ਤੁਸੀਂ ਕਰ ਸਕਦੇ ਹੋ। ਜ਼ਿਆਦਾ ਡਿਟੇਲ ਦੇ ਲਈ ਇਹਨਾਂ ਦੀ ਤੁਸੀਂ ਦਫ਼ਤਰ ਪਹੁੰਚੋ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਵੀਜ਼ੇ ਆ ਲਗਾਤਾਰ ਉਹ ਵਿਜ਼ਨ ਗਰੁੱਪ ਦੇ ਵੱਲੋਂ ਲਗਵਾ ਕੇ ਦਿੱਤੇ ਜਾ ਰਹੇ ਆ। ਤੁਸੀਂ ਸਾਡੇ ਨਾਲ ਜੁੜੇ ਹੋ, ਤਾਂ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ, ਮੈਂ ਤੁਹਾਡਾ ਦੋਸਤ ਗਗਨ ਸਮਾਧ ਨਾਲ ਕੈਮਰਾਮੈਨ ਪ੍ਰਿੰਸ ਕੁਮਾਰ। ਪਹਿਲਾਂ ਵੀ ਟਰਾਈ ਕਰ ਚੁੱਕੀ ਹਾਂ ਅਤੇ ਪਰ 3 ਵਾਰੀ ਮੇਰੀ ਰਿਫਿਊਜ਼ਲਸ ਨੇ, ਮੈਂ ਹੋਰ ਕਾਫੀ ਥਾਵਾਂ 'ਤੇ ਗਈ ਸੀਗੀ ਅਤੇ ਮੈਂ ਬਹੁਤ ਧੰਨਵਾਦੀ ਹਾਂ ਕਿ ਅੱਜ ਮੇਰਾ 3 ਰਿਫਿਊਜ਼ਲਾਂ ਤੋਂ ਬਾਅਦ ਵੀਜ਼ਾ ਆ ਗਿਆ। ਮੈਂ ਅੱਜ ਬਹੁਤ ਜ਼ਿਆਦਾ ਖੁਸ਼ ਹਾਂ, ਮੇਰੇ ਕੋਲ ਹੋਰ ਕੋਈ ਵਰਡ ਨਹੀਂ ਹੈਗੇ ਕਿਉਂਕਿ ਮਤਲਬ ਮੇਰੀ ਕੋਈ ਉਮੀਦ ਨਹੀਂ ਸੀਗੀ। ਸਤਿ ਸ਼੍ਰੀ ਅਕਾਲ, ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ, ਮੈਂ ਤੁਹਾਡਾ ਦੋਸਤ ਗਗਨ ਸਮਾਧ। ਦੋਸਤੋ, ਲੁਧਿਆਣਾ ਦੀ ਗੱਲ ਕਰ ਲਈਏ ਤਾਂ ਲੁਧਿਆਣਾ ਦੇ ਵਿੱਚ ਵਿਜ਼ਨ ਗਰੁੱਪ ਵੱਲੋਂ ਲਗਾਤਾਰ ਜਿਹੜੀ ਵੀਜ਼ਿਆਂ ਦੀ ਭਰਮਾਰ ਲਾਈ ਹੋਈ ਹੈ ਅਤੇ ਲਗਾਤਾਰ ਜਿਹੜੇ ਸਟੂਡੈਂਟਸ ਦੀ ਆ ਰਿਫਿਊਜ਼ਲ ਵੀ ਆ ਰਹੇ ਨੇ, ਉਹਨਾਂ ਦੇ ਜਿਹੜੇ ਵੀਜ਼ੇ ਆ ਲਗਾਤਾਰ ਵਿਜ਼ਨ ਗਰੁੱਪ ਦੇ ਵੱਲੋਂ ਲਗਵਾ ਕੇ ਦਿੱਤੇ ਜਾ ਰਹੇ ਆ। ਜਿਸੇ ਤਰ੍ਹਾਂ ਦੇ ਇੱਕ ਹੋਰ ਸਟੂਡੈਂਟ ਸਾਡੇ ਨਾਲ ਮੌਜੂਦ ਨੇ, ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ ਕਿ ਉਹਨਾਂ ਦਾ ਆਖਿਰ ਜਿਹੜਾ ਵੀਜ਼ਾ ਹੈ, ਕਿੰਨੀਆਂ ਰਿਫਿਊਜ਼ਲ ਤੋਂ ਬਾਅਦ ਉਹਨਾਂ ਨੂੰ ਜਿਹੜਾ ਕੈਨੇਡਾ ਦਾ ਵੀਜ਼ਾ ਉਹ ਮਿਲਿਆ। ਮੇਰੇ ਨਾਲ ਸਟੂਡੈਂਟ ਨੇ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਸਰ। ਸਰ, ਮੇਰਾ ਨਾਮ ਨਵਨੀਤ ਕੌਰ ਹੈ ਅਤੇ ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਅਤੇ ਅੱਜ ਮੇਰਾ ਵੀਜ਼ਾ ਆਇਆ ਹੋਇਆ, ਵਿਜ਼ਨ ਗਰੁੱਪ ਵਾਲਿਆਂ ਨੇ ਲਿਆ ਕੇ ਦਿੱਤਾ ਹੈ। ਮੈਂ ਪਹਿਲਾਂ ਵੀ ਟਰਾਈ ਕੀਤਾ, ਟਰਾਈ ਕਰ ਚੁੱਕੀ ਹਾਂ ਅਤੇ ਪਰ 3 ਵਾਰੀ ਮੇਰੀ ਰਿਫਿਊਜ਼ਲਸ ਨੇ, ਮੈਂ ਹੋਰ ਕਾਫੀ ਥਾਵਾਂ 'ਤੇ ਗਈ ਸੀਗੀ ਅਤੇ ਆਖਿਰ ਫਿਰ ਮੈਂ ਇਹਨਾਂ ਦਾ ਵੇਖਿਆ ਸੀਗਾ ਸੋਸ਼ਲ ਮੀਡੀਆ 'ਤੇ ਅਤੇ ਇਸ ਕਰਕੇ ਮੈਂ ਇਹਨਾਂ ਕੋਲ ਆਈ ਅਤੇ ਸਾਰੀ ਟੀਮ ਨੇ ਮੈਨੂੰ ਬਹੁਤ ਸਪੋਰਟ ਕੀਤਾ ਅਤੇ ਮੈਂ ਬਹੁਤ ਧੰਨਵਾਦੀ ਹਾਂ ਕਿ ਅੱਜ ਮੇਰਾ 3 ਰਿਫਿਊਜ਼ਲਾਂ ਤੋਂ ਬਾਅਦ ਵੀਜ਼ਾ ਆ ਗਿਆ ਹੈ। ਹੁਣ ਤੁਹਾਨੂੰ ਕਿੰਨੀ ਕੁ ਜ਼ਿਆਦਾ ਖੁਸ਼ੀ ਹੈ, ਤੁਹਾਡਾ ਵੀਜ਼ਾ ਤੁਹਾਡੇ ਹੱਥ ਦੇ ਵਿੱਚ, ਤੁਹਾਨੂੰ ਵੀਜ਼ਾ ਮਿਲ ਚੁੱਕਿਆ ਅਤੇ ਹੁਣ ਅੱਗੇ ਦਾ ਜਿਹੜਾ ਕੀ ਹੈਗਾ, ਫਿਊਚਰ ਪਲੈਨਿੰਗ ਕੀ ਹੈ? ਮੈਂ ਬਹੁਤ ਖੁਸ਼ ਹਾਂ ਅਤੇ ਅੱਗੇ ਮੈਂ ਹੁਣ ਬਾਹਰ ਜਾ ਕੇ ਹੋਰ ਵਧੀਆ ਕਰਾਂਗੀ। ਮੈਂ ਬਸ ਇਹੀ, ਮੈਂ ਅੱਜ ਬਹੁਤ ਜ਼ਿਆਦਾ ਖੁਸ਼ ਹਾਂ, ਮੇਰੇ ਕੋਲ ਹੋਰ ਕੋਈ ਵਰਡ ਨਹੀਂ ਹੈਗੇ ਕਿਉਂਕਿ ਮਤਲਬ ਮੇਰੀ ਕੋਈ ਉਮੀਦ ਨਹੀਂ ਸੀਗੀ ਅਤੇ ਮੇਰਾ PT ਸੀਗੀ ਅਤੇ PT ਦਾ ਮੇਰਾ ਵੀ ਖਤਮ ਹੋ ਜਾਣਾ ਸੀਗਾ, ਫੈਬ ਦੇ ਵਿੱਚ ਇਹ ਓਵਰ ਹੋ ਜਾਣੀ ਸੀ ਅਤੇ ਮੇਰਾ ਲਾਸਟ ਚਾਂਸ ਸੀਗਾ ਅਤੇ ਇਸ ਕਰਕੇ ਮੈਨੂੰ ਅੱਜ ਵੀ ਇਹਨਾਂ ਨੇ ਜਦੋਂ ਬੁਲਾਇਆ ਸੀ ਮੈਨੂੰ ਇੰਨਾ ਹੈ ਨਹੀਂ ਸੀ ਕਿ ਕੁਝ ਹੋਊਗਾ, ਪਰ ਜਦੋਂ ਇਹਨਾਂ ਨੇ ਮੈਨੂੰ ਮੇਰੀ PPR ਦਿੱਤੀ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਮੈਂ ਸਾਰੀਆਂ ਉਮੀਦਾਂ ਛੱਡ ਕੇ ਅਤੇ ਫਿਰ ਇਹਨਾਂ ਕੋਲੋਂ ਪੁੱਛਿਆ ਸੀਗਾ। ਤੋ
मैं विजन ग्रुप की बहुत थैंकफुल हाँ तो पूरी टीम की कि इन्होंने मैनू मेरी मेरा सुपना साकार करके दिता। तो मैं तुहानू भी कहना चाहवागी कि जिन्होंने भी रिफ्यूजल ने वह जरूर एक बार विजिट करन ते अपनी फाइल की इनकुआरी लै सकते ने। सो थैंक यू। जेकर तुहाडियां भी जिहड़ियां वार वार रिफ्यूजल आ रही हैं, तुसीं भी जिहड़ा अब्रॉड जाके अपनी स्टडी करना चाहते हो तो अपने जिहड़े सुपने आ साकार करना चाहते हो पर तुहानूं किसी पासे तो भी जिहड़ी सफलता तुहाडे हाथों नहीं लग रही तो याद रखो विजन ग्रुप तुहाडी सेवा दे विच हाजर है। अज ही फोन चुको, स्क्रीन दे चल रहे नंबरां दे उपर कॉल करो तो अज जिहड़ी तुसीं इनकुआरी आ तुसीं कर सकते हो। ज़्यादा डिटेल दे लई इन्हां ही तुसीं दफ्तर पहुँचो तो होर भी बहुत सारे जिहड़े वीजे आ लगातार विजन ग्रुप दे वल्लों लगवा के दिते जा रहे हैं। तुसी चैनल जुड़े हो सिटी हेडलाइंस देख रहे हो। तुसी मैं तुहाडा दोस्त गगन समाध नाल कैमरामैन प्रिंस कुमार।